क्या होना पड़ेगा कर चंगा ट्यूशन ते तेरी तो यो तगी कबूतरी रासवें शिकारी जट्टा केड़े कमरा है भाई आज ग्राउंड बीच कोई भी नहीं आया बालीवाल खेड़े ओए आ जांदे आ बह जा सच यार मैनु एक गल दस अपने पिंड बीच जेड़े ओ कनाडा ले नहीं वजदे हां भाई उन्ना दे करे ओ सोनी जी कुड़ी कौन आई हुई आ ओ भाई उन्ना दी रिश्तेदार आ उन्ना नु तां पट्टन बारे सोची भी ना मेरी दुकान ते आंदी आ ओ तां बाली शरीफ ने पट्टन वाले दा पट्टी लैंदे आ ओ अज कोई आए नहीं खेड़न वाला हना ओ भाई खेड़न वाली गल छड्ड तू आ देख की कही जांदा की गल हो गई थी पा ओ भाई साडे पिंड ना कुड़ी आई हुई है रिश्तेदारी च ओनू कोई पट नहीं सकदा आ पट्टन नू कहिंदा ओ हर कुड़ी किसे ना किसे मुंडे नू पसंद करदी हुंदी आ एवें गरारी ना पसा ओ भाई शर्त लाला लाला भाई तू शर्त लगी फिर शर्त पापा यार दी लगी शर्त मुकरी ना ओ चल के ओ कादिया शर्त लग रही ने भाई पर्दे दी गल आ उरे आ फिर दसो चल चलिए ओए ਵਾਲੀਬਾਲ ਤਾਂ ਖੇਡ ਜੀ ਯਾਰ ਸ਼ਰਤ ਜਿੱਤ ਕੇ ਖੇਡਾਂ ਜੀ ਹੁਣ ਤਾਂ ਉਹ ਦੀਪ ਕਾਹਦੀਆਂ ਸ਼ਰਤਾਂ ਲਾ ਰਹੇ ਹੋ ਉਹ ਬਾਈ ਯਾਰ ਜਿਹੜੇ ਆਪਣੇ ਪਿੰਡ 'ਚ ਕਨੇਡਾ ਵਾਲੇ ਵੱਸਦੇ ਆ ਉਹਨਾਂ ਦੀ ਰਿਸ਼ਤੇਦਾਰ ਨਹੀਂ ਆਈ ਹੋਈ ਇੱਕ ਹਾਂ ਉਹ ਕੁੜੀਆਂ ਵੀ ਕਿੰਨੀਆਂ ਸ਼ਰੀਫ ਨੇ ਉਹ ਪੱਟਣ ਨੂੰ ਫਿਰਦਾ ਉਹਦੀ ਸ਼ਰਤ ਲੱਗੀ ਆ ਉਹ ਦੀਪ ਉਹ ਕੁੜੀਆਂ ਪਿੱਛੇ ਸ਼ਰਤਾਂ ਨਹੀਂ ਲਾਈ ਦਿੰਦੀਆਂ ਇਹ ਤੁਹਾਡੇ ਵਾਸਤੇ ਚੰਗੀਆਂ ਗੱਲਾਂ ਨਹੀਂ ਗੀਆਂ ਉਹ ਬਾਈ ਉਹ ਮੈਨੂੰ ਲੱਗਾ ਪਤਾ ਨਹੀਂ ਕਿਹੜੀ ਪੜਦੇ ਵਾਲੀ ਗੱਲ ਆ ਜਾਓ ਦੀਪ ਹੈ ਕਮਲੇ ਕਿਹੜੇ ਚੱਕਰਾਂ 'ਚ ਫਿਰਦੇ ਆ ਮੇਰਾ ਵੀ ਟਾਈਮ ਖਰਾਬ ਕਰਿਆ ਕੀ ਕਰਦੇ ਹੋ ਦੀਦੀ ਕੁਛ ਨਹੀਂ ਆ ਮੈਂ ਕਿਹਾ ਥੋੜ੍ਹੇ ਜਿਹੇ ਕੱਪੜੇ ਸੀ ਤੈਅ ਮਾਰਦਾ ਮੈਂ ਨਾ ਐਂ ਕਹਿੰਦੀ ਸੀ ਮੇਰਾ ਤਾਂ ਨਾ ਇੱਥੇ ਹੁਣ ਖੂਬ ਦਿਲ ਲੱਗ ਗਿਆ ਤੁਸੀਂ ਨਾ ਮੰਮੀ ਨੂੰ ਫੋਨ ਕਰਕੇ ਕਹਿ ਦਿਓ ਮੈਂ ਤਾਂ ਹੁਣ ਇੱਥੇ ਰਹਿਣਾ 2-4 ਮਹੀਨੇ ਵੈਸੇ ਹੀਰ ਗੱਲ ਕਵਾਂ ਮੇਰਾ ਵੀ ਸੱਚੀ ਤਾਂ ਇੰਨਾ ਦਿਲ ਲੱਗ ਗਿਆ ਹੁਣ ਮੰਮੀ ਡੈਡੀ ਤਾਂ ਤੁਹਾਨੂੰ ਪਤਾ ਕੈਨੇਡਾ ਗਏ ਹੋਏ ਨੇ 6 ਮਹੀਨੇ ਆਉਂਦੇ ਨੇ 6 ਮਹੀਨੇ ਉੱਧਰ ਰਹਿੰਦੇ ਨੇ ਤਾਂ ਮੈਨੂੰ ਵੀ ਔਖਾ ਹੋਇਆ ਪਿਆ ਹੁਣ ਨਾ ਤੁਸੀਂ ਸੱਚੀ ਮੰਮੀ ਨੂੰ ਫੋਨ ਕਰਕੇ ਹੁਣੀ ਦੱਸ ਦਿਓ ਵੈਸੇ ਵੀ ਆ ਬਿਮਾਰੀ ਜੀ ਕਰਕੇ ਕਾਲਜ ਤਾਂ ਬੰਦ ਹੀ ਆ ਫਿਰ ਮੈਂ ਉਰੀ ਰਹਿ ਜੂੰਗੀ 3-4 ਮਹੀਨੇ ਚੱਲ ਕੋਈ ਨਾ ਮੈਂ ਅੱਜ ਹੀ ਫੋਨ ਭੂਆ ਨੂੰ ਕਰਦੀ ਹਾਂ ਕਿ ਹੀਰ ਨੂੰ ਥੋੜ੍ਹੇ ਦਿਨ ਹੋਰ ਇੱਥੇ ਰਹਿਣ ਦਿਓ ਸੱਚ ਦੀਦੀ ਮੈਨੂੰ ਬਹੁਤ ਭੁੱਖ ਲੱਗੀ ਹੈ ਕੁਛ ਹੈਗਾ ਖਾਣ ਨੂੰ ਉਹ ਹੀਰ ਮੈਂ ਤਾਂ ਕੁਛ ਅਜੇ ਬਣਾਇਆ ਨਹੀਂ ਓਹੋ ਤੈਨੂੰ ਪਤਾ ਹੈ ਹੁਣੇ ਕੰਮ ਕਰਕੇ ਹਟੀ ਹਾਂ ਤੂੰ ਐਂ ਕਰ ਆ ਨੇੜੇ ਦੁਕਾਨ ਹੈ ਤੇ ਜਾ ਕੇ ਮੈਗੀ ਲੈ ਆ ਫਿਰ ਆਪਾਂ ਦੋਨੇ ਬਣਾਉਂਦੇ ਹਾਂ ਚਲੋ ਠੀਕ ਹੈ ਕੋਲ ਹੀ ਹੋਣੀ ਹਾਂ ਆ ਬਾਹਰ ਹੀ ਆਪਣੇ ਗੇਟ ਦੇ ਬਾਹਰ ਹੀ ਆ ਠੀਕ ਹੈ ਮੈਂ ਲੈ ਕੇ ਆਉਂਦੀ ਜਲਦੀ ਆ ਜੀ ਦੋ ਪੈਕਟ ਮੈਗੀ ਤੇ ਲਿਆਉਂਗੀ ਤੇ ਦੋ ਪੈਕਟ ਕਰਕਰੇ ਬਸ ਬਹੁਤ ਆ ਬਈ ਜੀ ਹੀਰ ਤੁਸੀਂ ਹੀਰ ਹੋ ਨਾ ਹਾਂ ਪਰ ਤੁਸੀਂ ਕੌਣ ਮੈਂ ਜੱਗੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਆਪਾਂ ਇੱਕ ਦੂਜੇ ਨੂੰ ਪਿਆਰ ਕਰ ਸਕਦੇ ਹਾਂ ਮੈਂ ਤੁਹਾਨੂੰ ਮੈਸੇਜ ਵੀ ਕਰ ਦਿੰਦਾ ਇੰਸਟਾਗ੍ਰਾਮ ਤੇ ਤੁਹਾਡੀ ਆਈਡੀ ਦੱਸ ਦਿਓ ਮੈਨੂੰ ਇਹ ਚੀਜ਼ ਕੰਮਾਂ 'ਚ ਕੋਈ ਇੰਟਰਸਟ ਨਹੀਂ ਹੈਗਾ ਮੈਨੂੰ ਨਹੀਂ ਵੇਲ ਹੈਗੀ ਵੇਲ ਨਹੀਂ ਹੈਗੀ ਦੁਨੀਆ ਪਤਾ ਨਹੀਂ ਕਿੱਥੇ ਵੀ ਜੀ ਆ ਚੱਲ ਤੂੰ ਚਲਾ ਚੱਲੀ ਓਏ ਕੱਲ੍ਹ ਨੂੰ ਦੇਖਦੇ ਹਾਂ ਹੌਲੀ ਹੌਲੀ ਬਣੂਗੀ ਗੱਲ ਬੈਠ ਬਾਈ ਦੇਖੀ ਜਾਏਗਾ ਪਤਾ ਨਹੀਂ ਕੌਣ ਬੈਲ ਵਜਾਈ ਜਾਂਦਾ ਦੇਖਦੀ ਹਾਂ ਜਾ ਕੇ ਆ ਤੁਹਾਡਾ ਪਾਰਸਲ ਹੈ ਜੀ ਲੈਪਟਾਪ ਦਾ ਸਮਾਨ ਹੈ ਅੱਛਾ ਹਾਂਜੀ ਮੈਂ ਮੰਗਾਇਆ ਸੀਗਾ ਪੇਮੈਂਟ ਹੋ ਗਈ ਸੀ ਨਾ ਹਾਂਜੀ ਪੇਮੈਂਟ ਹੋ ਗਈ ਤੁਸੀਂ ਸਾਈਨ ਕਰ ਦਿਓ ਜੀ ਠੀਕ ਹੈ ਇੱਥੇ ਕਰ ਦਿਓ ਹੋਰ ਵੀ ਤੇ ਚਾਹ ਪਾਣੀ ਪੀ ਲਓ ਨਾ ਥੈਂਕ ਯੂ ਮੈਂ ਅੱਗੇ ਵੀ ਜਾਣਾ ਸੀ ਮੇਰੀ ਗੱਲ ਸੁਣੋ ਜੇ ਕੋਈ ਵੀ ਪਾਰਸਲ ਆਉਂਦਾ ਨਾ ਸਾਡੇ ਘਰੇ ਟਾਈਮ ਸਿਰ ਫੜਾ ਜਾਇਆ ਕਰ ਠੀਕ ਹੈ ਜੀ ਠੀਕ ਹੈ ਵਾਓ ਆਮ ਸੋ ਐਕਸਾਈਟਡ ਦੀਦੀ ਤੁਹਾਡੇ ਪਿੰਡ ਦੇ ਮੁੰਡੇ ਨਾ ਬਹੁਤ ਖਰਾਬ ਨੇਗੇ ਹਾਏ ਹੀਰ ਕੀ ਹੋ ਗਿਆ
की देखियो मैं बस चीज लेन जा रही सी ते रस्ते जो मुंडा है पता नहीं की नाम ओदा जग्गी शायद वो मेनू घेर के खड़ गया कहंदा मेनू हां कर दस एहे जे हुंदे आ मुंडे एहे जो प्यार हुंदा उहनां दा फिर तैनू पता तो है अजकल दे मुंडिया का कुड़ी देखी नहीं प्यार उन्होंने पहले ही हो जाता फिर इदा तो मेरे नाल भी बहुत बार होया जो भी मैं कितने सहेली को जाती ना अवे रस्ते च खड़ जाते कदे कुछ बोलते कदे कुछ अच्छा दीदी फिर तू मुंडे नू की कहा उन्हें मैं तो उन्होंने कहता कि मेरे राह आने की लोड़ नहीं हैगी आओ चलिए दीदी मैगी बनाने मैं तो बहुत भुख लगी है भुख तो मैं भी लगी है तुम बनाओ टेस्टी सी चल कोई ना खा लो बना तू ना दे करे पासर पुसर फड़ान जांदा रहना कुड़ियां किवें दियां ने कुड़ियां तां वधिया ने यार वीरा वीरा कह के बोल दियां ने चल फिर तां मैं जित गया समझ हां हां जित गया तू टेंशन ना ले यार तू ही जितेगा कल दा बेइज्जती करा के टिया 5000 रुपए पीछे छितर ना खाली ओ छोटे गल 5000 रुपए दी नहीं गल तां अड़ी दी है मन्निया कि आपा बहुते सोहने नहीं हैगे पर हंड तां भन्न सकदे आ भाई फिर इसे टाइम आती है दुकान से चीज लेन चक लिने चीज के नाल चीज के बहाने ही चकेंगे तो हेलो हाँ की है तू मेरी गल समझती क्यों नहीं तू मेरी गल सुन पहला हूँ यार मैं तेन देखा मैं तेरे ना प्यार हो गया अच्छा देख के प्यार भी हो जाता गाने भी तो बनते ने मैं प्यार तो उदो ही हो गया से जो देखा पहली बार तेन अच्छा ਹੁਣ ਤੇ ਗਾਣੇ ਵੀ ਸੁਣਨ ਲੱਗ ਗਿਆ ਆ ਦੇਖ ਆਸ਼ਕੀ ਜੀ ਨਾ ਮੇਰੇ ਅੱਗੇ ਨਾ ਚੜਨ ਠੀਕ ਆ ਨਾ ਤੁਸੀਂ ਦੇਖਿਓ ਆਪਾਂ ਮੈਚਿੰਗ ਵੀ ਕਰਦੇ ਆ ਯਾਰ ਹਰ ਰੋਜ਼ ਫਿਰ ਮੈਂ ਕਿਹਾ ਤੈਨੂੰ ਕਿ ਮੇਰੇ ਨਾਲ ਮੈਚਿੰਗ ਕਰਕੇ ਆ ਕਮਾਲ ਹੈ ਤੇਰੀ ਵੀ ਯਾਰ ਮੇਰੀ ਗੱਲ ਸੁਣ ਮੈਨੂੰ ਕੋਈ ਇੰਸਟਾ ਤੇ ਮੈਸੇਜ ਕਰ ਲਈ ਜਕਸੀਰ ਜੀ ਇੱਕ ਆਈਡੀਆ ਠੀਕ ਆ ਨਾ ਮੈਂ ਤੈਨੂੰ ਮੈਸੇਜ ਕਿਉਂ ਕਰਾਂ ਮੈਨੂੰ ਕੀ ਲੋੜ ਆ ਬਦਤਮੀਜ਼ ਡਰਾਮੇ ਵਾਸ ਫਲੋਪ ਆਰਟਿਸਟ ਬਾਈ ਫਲੋਪ ਆਰਟਿਸਟ ਬਸ ਭਾਈ ਆਪਾਂ ਕਿਹੜਾ ਆਰਟਿਸਟ ਹੈ ਆਪਾਂ ਤਾਂ ਪਿਆਰ ਕਰ ਰਹੇ ਹਾਂ ਬਾਈ ਯਾਰ ਬਾਈ ਤੇਰੀ ਬੇਇੱਜ਼ਤੀ ਕਰ ਗਈ ਜਿਵੇਂ ਮਰਜ਼ੀ ਕਰ ਗਈ ਉਹ ਮੇਰੇ ਸਾਲੇ ਦਾ ਕਿਸੇ ਕੋਲ ਗੱਲ ਨਾ ਕਰੀ ਬੇਇੱਜ਼ਤੀ ਹੋ ਜੂਗੀ ਬਾਈ ਆਪਾਂ ਤਾਂ ਕਿਹਦੇ ਕੋਲ ਗੱਲ ਕਰਨੀ ਆ ਆਪਣੇ ਬੜੇ ਜਨਮਾ ਉਲਟਾ ਗਿਆ ਓਏ ਪੂਰਾ ਬਾਈ ਨਵਾਂ ਜਖਲੇ ਅੱਜ ਲਿਆਤਾ ਮੇਰੇ ਹਿਸਾਬ ਨਾਲ ਪੁੱਠੇ ਗਿਰਾਂ ਲੱਗ ਗਏ ਗਿਰਾਂ ਲੈ ਸਿੱਧੇ ਆਉਂਦੇ ਆ ਹੁਣ ਤਾਂ ਅੱਛਾ ਚੱਲ ਕੱਲ ਨੂੰ ਫੇਰ ਕੇ ਰਾਂਗੇ ਮੇਰੇ ਸਾਲੇ ਦੀ ਹਾਂਜੀ ਹਾਂਜੀ ਠੀਕ ਹੈ ਮੇਰੀ ਗੱਲ ਸੁਣੋ ਮੈਂ ਤਾਂ ਉਹਨਾਂ ਨਾਲ ਸ਼ਾਮ ਨੂੰ ਗੱਲ ਕਰਦੀ ਆ ਹੁਣ ਮੈਂ ਕੰਮ ਕਰ ਲਾਂ ਅੱਜ ਕੀ ਹੋਇਆ ਅੱਜ ਫੇਰ ਉਹ ਲੋਫਰ ਜਾ ਜੱਗੀ ਮੇਰੇ ਰਸਤੇ 'ਚ ਆਈ ਖੜਿਆ ਸੀਗਾ ਅੱਛਾ ਕੀ ਹੋ ਗਿਆ ਅੱਜ ਫੇਰ ਤੈਨੂੰ ਬੋਲਿਆ ਉਹ ਕੁਛ ਹੋਰ ਦੀਦੀ ਅੱਜ ਤਾਂ ਮੈਂ ਉਹ ਚੰਗਾ ਹੀ ਸੁਣਾਇਆ ਸੀ ਬਦਤਮੀਜ਼ ਜਿਹਾ ਹੁਣ ਸ਼ਰਮ ਹੀ ਨਹੀਂ ਹੈਗੀ ਵੀ ਦੱਸ ਐਂ ਕਿਸੇ ਦੇ ਰਾਹ 'ਚ ਖੜਿਆ ਕਰਦੇ ਨੇ ਮੇਰੇ ਮਤਲਬ ਵੀ ਤੰਗ ਕਰੀ ਜਾਊਗਾ ਮੈਨੂੰ ਚੱਲ ਕੋਈ ਨਾ ਹੀਰ ਜੋ ਬੋਲਿਆ ਹੀ ਠੀਕ ਹੈ ਅੱਗੇ ਤੋਂ ਨਾ ਹੁਣ ਮੈਂ ਹੀ ਜਾਇਆ ਕਰੂੰਗੀ ਕੁਛ ਵੀ ਲੈਣ ਤੂੰ ਨਹੀਂ ਜਾਣਾ ਤੂੰ ਬਸ ਘਰੇ ਰਿਹਾ ਕਰ ਠੀਕ ਹੈ ਚੰਗਾ ਦੀਦੀ ਸੱਚੇ ਪਰ ਮੈਨੂੰ ਤਾਂ ਉਹਦਾ ਬਹੁਤ ਗੁੱਸਾ ਆ ਰਿਹਾ ਜੀ ਘਰ ਬਸ ਉਹਨੂੰ ਮਾਰਦਾ ਹਾਂ ਚੱਲ ਕੋਈ ਨਾ ਮੈਂ ਦੇਖ ਲੈਂਦੀ ਹਾਂ ਤੂੰ ਹੁਣ ਪਰੇਸ਼ਾਨ ਨਾ ਹੋ ਚੱਲ ਚੱਲੀਏ ਕੰਮ ਕਰੀਏ ਦੀਦੀ ਉਹ ਤਾਂ ਨਾ ਬਹੁਤ ਬਦਤਮੀਜ਼ ਹੈ ਉਹਨੂੰ ਅੱਖ ਲਈ ਨਹੀਂ ਹੈਗੀ ਕੋਈ ਨਾ ਫਿਰ ਕੱਲ੍ਹ ਨੂੰ ਉਹਨੂੰ ਮੈਂ ਦੱਸਦੀ ਹਾਂ ਤੈਨੂੰ ਬੋਲ ਕੇ ਤਾਂ ਦੇਖੇ ਮੈਂ ਦੇਖਦੀ ਹਾਂ ਮੈਨੂੰ ਕੀ ਕਹਿੰਦਾ ਉਹ ਜੱਗੀ ਬਾਈ ਹੈ ਮੈਨੂੰ ਲੱਗਦਾ ਹੁਣ ਨਹੀਂ ਆਉਂਦੀ ਉਹ ਆ ਰਾਤ ਤੇ ਲੱਗਦਾ ਯਾਰ ਆਪਾਂ ਸ਼ਰਤ ਹਾਰ ਗਏ ਓਏ ਕੰਮ ਲਿਆ ਇਕੱਲੀ ਬੈਠ ਕੇ ਜ਼ਰੂਰ ਸੋਚਦੀ ਹੋਣੀ ਵੀ ਪਿਆਰ ਕਰਦਾ ਕਨਾ ਆਉਗੀ ਤਾਂ ਜ਼ਰੂਰ ਅੱਜ ਤਾਂ ਮੈਂ ਬਹਾਨਾ ਲਗਾ ਕੇ ਆਈ ਹਾਂ ਦੁਕਾਨ ਦਾ 3-3.5 ਸਾਲ ਹੋ ਗਏ ਬਹਾਨੇ ਲਾਉਂਦੀ ਨੂੰ ਦੇਖ ਲਾ ਆਪਣੇ ਵੀ ਰੱਬ ਨੇ ਕੀ ਲੇਖ ਲਿਖੇ ਨੇ ਆਪਾਂ ਇੱਕ ਦੂਜੇ ਨੂੰ ਇੰਨਾ ਪਿਆਰ ਕਰਦੇ ਹਾਂ ਪਰ ਅਫਸੋਸ ਆਪਾਂ ਕਦੇ ਇੱਕ ਨਹੀਂ ਹੋ ਸਕਦੇ ਕਿਉਂਕਿ ਆਪਾਂ ਇੱਕੋ ਪਿੰਡ ਦੇ ਹਾਂ ਬਚਪਨ 'ਚ ਹੋਇਆ ਪਿਆਰ ਹੁਣ ਤਾਂ ਇੰਨਾ ਗੂੜਾ ਹੋ ਗਿਆ ਆਪਾਂ ਵੱਖ ਕਿਵੇਂ ਹੋਵਾਂਗੇ ਤੂੰ ਫਿਕਰ ਨਾ ਕਰ ਤੇਰੇ ਲਈ ਪਿਆਰ ਮੇਰੇ ਦਿਲ 'ਚ ਹੋਊਗਾ ਉਹ ਵੀ ਆਲਵੇਜ਼ ਚਾਹੇ ਮੇਰਾ ਵਿਆਹ ਕਿਸੇ ਹੋਰ ਨਾਲ ਹੋ ਜਾਏ ਤੇ ਦੁਖੀ ਨਾ ਹੋਇਆ ਕਰ ਤੇ ਮੈਨੂੰ 6-7 ਦੇ ਵਿਚਕਾਰ ਕਾਲ ਕਰਿਆ ਕਰ ਠੀਕ ਮੈਂ ਤੈਨੂੰ 6-7 ਵਜੇ ਦੇ ਵਿਚਕਾਰ ਫੋਨ ਕਰਿਆ ਕਰੂੰਗਾ ਨਾਲੇ ਮੇਰੀ ਗੱਲ ਸੁਣ ਮੈਂ ਪਤਾ ਕੀ ਕਹਿ ਕੇ ਆਉਣੀ ਆ ਕੀ ਕਹਿ ਕੇ ਆਉਣੀ ਆ ਕਿ ਮੈਂ ਆਪਣੀ ਸਹੇਲੀ ਨੂੰ ਮਿਲਣ ਚੱਲੀ ਆ ਅੱਛਾ ਹੁਣ ਮੈਂ ਤੈਨੂੰ ਸਹੇਲੀ ਬਣ ਗਈ ਚੱਲ ਠੀਕ ਹੈ ਚੱਲ ਧਿਆਨ ਰੱਖੀ
ਅਖੀਰ ਤਾਂ ਮੈਨੂੰ ਕਹਿੰਦੇ ਸੀ ਮੈਨੂੰ ਮੁੰਡਾ ਬਹੁਤ ਤੰਗ ਕਰਦਾ, ਮੈਨੂੰ ਤਾਂ ਰਸਤੇ ਵਿੱਚ ਕੋਈ ਮੁੰਡਾ ਨਹੀਂ ਮਿਲਿਆ। ਬਾਈ ਘੰਟਾ ਹੋ ਗਿਆ ਯਾਰ, ਆਪਾਂ ਹੁਣ ਚੱਲੀਏ। ਚੱਲ ਚੱਲਦੇ ਹਾਂ। ਚੱਲ ਬਹਿ ਬਾਈ, ਪਰ ਹੋਏ ਮੈਨੂੰ ਚਲਾਉਣ ਦੇ। ਲੈ ਬਾਈ ਯਾਰ, ਕਿਸੇ ਦੇ ਬੱਚੇ ਮਾਰੇ ਨਾ ਤੂੰ। ਬਾਈ ਸੁੱਚ ਬੰਦ ਕਰਿਆ ਸੀ, ਸੁੱਚ ਲਾ ਲਾ। ਓਏ ਕੰਮ ਲਿਆ, ਚੱਲ ਚੱਲ। ਨੈੱਟ ਵੀ ਖਤਮ ਹੋ ਗਿਆ, ਹੁਣ ਕੀ ਦੇਖਾਂ। ਯਾਰ ਮੈਨੂੰ ਤਾਂ ਕੋਈ ਦਿਖਿਆ ਨਹੀਂ ਰਸਤੇ 'ਚ। ਪਰ ਜੱਗੀ ਤਾਂ ਨਾ ਡੇਲੀ ਖੜਾ ਹੁੰਦਾ ਰਸਤੇ 'ਚ, ਅੱਜ ਕਿਉਂ ਨਹੀਂ ਮਿਲਿਆ ਤੁਹਾਨੂੰ? ਮੈਨੂੰ ਤਾਂ ਪਤਾ ਨਹੀਂ ਕਿਹੜਾ ਜੱਗੀ ਆ। ਚੱਲ ਕੋਈ ਨਾ, ਮੈਨੂੰ ਲੱਗਦਾ ਤੇਰੇ ਤੋਂ ਡਰ ਗਿਆ ਹੋਣਾ। ਹਾਂ ਮੈਂ ਉਸ ਦਿਨ ਉਹਦੀ ਬੇਇੱਜ਼ਤੀ ਵਾਲੀ ਕੀਤੀ ਸੀ ਨਾ, ਦੇਖਿਆ ਦੀਦੀ ਮੇਰੇ ਇੱਕ ਦਬਕੇ ਨਾਲ ਹੀ ਡਰ ਗਿਆ ਲੱਗਦਾ। ਹੁਣ ਨਹੀਂ ਉਹ ਤੈਨੂੰ ਤੰਗ ਕਰਦਾ, ਤੂੰ ਟੈਨਸ਼ਨ ਨਾ ਲੈ। ਹਾਂ ਚਲੋ ਸ਼ੁਕਰ ਹੈ, ਹੁਣ ਤਾਂ ਮੈਂ ਫ੍ਰੀ ਹੋ ਕੇ ਜਾ ਸਕਦੀ ਹਾਂ, ਟੈਨਸ਼ਨ। ਉੱਦਾਂ ਤਾਂ ਤੂੰ ਚਲੇ ਜਾਇਆ ਕਰੀ ਜੇ ਕੋਈ ਕੰਮ ਹੋਊਗਾ, ਨਹੀਂ ਤਾਂ ਮੈਂ ਆਪ ਹੀ ਲਿਆ ਕਰੂੰਗੀ। ਐਵੇਂ ਫਿਰ ਨਾ ਕੋਈ ਹੋਰ ਖੜ ਜਾਂਦਾ ਹੁੰਦਾ, ਪਿੰਡਾਂ ਦਾ ਤਾਂ ਹਾਲ ਹੀ ਇਹ ਆ। ਲੈ ਦੀਦੀ ਮੈਂ ਤਾਂ ਜਾਇਆ ਕਰੂੰਗੀ, ਮੈਨੂੰ ਤਾਂ ਕੋਈ ਡਰ ਮਾਰਿਆਗਾ। ਵੈਸੇ ਵੀ ਹੁਣ ਤਾਂ ਮੈਂ ਟੈਨਸ਼ਨ ਫ੍ਰੀ ਹਾਂ, ਹੋਇਆ ਤਾਂ ਹੈ ਨਹੀਂ ਅੱਜ, ਹੁਣ ਕਿਹੜਾ ਹੋਊਗਾ ਰਸਤੇ 'ਚ। ਚੱਲ ਕੋਈ ਨਾ, ਇੱਕ ਅੱਧੀ ਵਾਰ ਮੈਂ ਜਾਇਆ ਕਰੂੰਗੀ, ਮੈਨੂੰ ਵੀ ਆਪਣੀ ਸਹੇਲੀ ਦਾ ਕੋਈ ਕੰਮ ਹੁੰਦਾ ਨਾ। ਵੈਸੇ ਤੁਸੀਂ ਕਿਹੜੀ ਸਹੇਲੀ ਨੂੰ ਮਿਲਣ ਜਾਣਾ? ਉਹ ਮੇਰੀ ਕਾਲਜ ਫਰੈਂਡ ਆ। ਚੱਲ ਕੋਈ ਨਾ, ਕਿਸ ਦਿਨ ਤੈਨੂੰ ਮਿਲਾ ਦੂੰਗੀ ਉਹਦੇ ਨਾਲ। ਠੀਕ ਆ, ਪਰ ਤੁਸੀਂ ਪਲੀਜ਼ ਕੁਛ ਖਾਣ ਨੂੰ ਬਣਾ ਲਓ, ਮੈਨੂੰ ਸੱਚੀ ਬਹੁਤ ਭੁੱਖ ਲੱਗੀ ਆ। ਹਾਂ ਠੀਕ ਆ, ਬਣਾਉਂਦੀ ਹਾਂ, ਤੂੰ ਨਾ ਕੁਛ ਬਣਾਈ। ਹੋਰ ਬਾਈ ਵਧੀਆ? ਬਾਈ ਤੂੰ ਦੱਸ, ਕਰਤਾ ਦੀ ਕੰਮ ਹੈ? ਕਰਤਾ ਦੀ ਕੰਮ? ਹਾਂ ਬਾਈ ਕੰਮ ਤਾਂ ਕਰਤਾ ਦੀ ਮੈਂ। ਤੇਰਾ ਯਾਰ ਬਹੁਤ ਬਹੁਤ ਧੰਨਵਾਦ। ਕੋਈ ਚੱਕਰ ਨਹੀਂ ਬਾਈ, ਜਿਹੜੇ ਉਹਦੇ ਗਿਫਟ ਤੂੰ ਮੇਰੇ ਤੱਕ ਪਹੁੰਚਾ ਦੇਣਾ ਅਤੇ ਮੇਰੇ ਗਿਫਟ ਉਹਦੇ ਤੱਕ ਪਹੁੰਚਾ ਦੇਣਾ। ਕੋਈ ਗੱਲ ਨਹੀਂ, ਜੇ ਤੂੰ ਨਾ ਹੁੰਦਾ ਨਾ ਸਾਡਾ ਪਿਆਰ ਅਧੂਰੀ ਰਹਿ ਜਾਂਦਾ ਬਾਈ। ਆਹ ਗੱਲ ਦਾ ਤਾਂ ਬਾਈ ਮੈਨੂੰ ਵੀ ਬਹੁਤ ਅਹਿਸਾਸ ਹੁੰਦਾ ਵੀ ਉਹ ਤੈਨੂੰ ਪਿਆਰ ਕਰਦੀ ਹੈ। ਇਹੋ ਜਿਹੇ ਪਿਆਰ ਦਾ ਕਰਨਾ ਵੀ ਕੀ ਹੈ ਯਾਰ, ਅਸੀਂ ਕਦੇ ਇੱਕ ਵੀ ਨਹੀਂ ਹੋ ਸਕਦੇ ਕਿਉਂਕਿ ਅਸੀਂ ਇੱਕੋ ਪਿੰਡ ਦੇ ਹਾਂ। ਪਰ ਇੱਕ ਗੱਲ ਤਾਂ ਮੰਨਣ ਯੋਗ ਹੈਗੀ ਆ, ਤੇਰੀ ਵਫਾਦਾਰੀ ਦੀ ਵੀ ਦਾਤ ਦੇਣੀ ਪਊਗੀ ਯਾਰ, ਤੂੰ ਇਹ ਗੱਲ ਕਿਸੇ ਲਵੇ ਨਹੀਂ ਕੀਤੀ ਆਪਣੇ ਦੋਨਾਂ ਵਿੱਚ। ਕੋਈ ਨਹੀਂ ਬਾਈ ਤੂੰ ਹੌਸਲਾ ਰੱਖ, ਚੱਲ ਮੈਂ ਜਲਦਾ ਫਿਰ ਮੈਂ ਅੱਗੇ ਵੀ ਪਾਰਸਲ ਬਣਾ ਲੈਂਦੇ। ਠੀਕ ਹੈ ਵੀਰੇ, ਓਕੇ। ਚੱਲ ਠੀਕ ਹੈ ਬਾਈ, ਓਏ ਆ ਜੀ ਸ਼ਾਮ ਨੂੰ ਚਾਹ ਪੀ ਜੀ। ਕੋਈ ਗੱਲ ਨਹੀਂ, ਜ਼ਰੂਰ ਜ਼ਰੂਰ। ਬਾਲਾ ਸ੍ਰੀ ਮੁੰਡਾ ਮੇਰੀ ਗੱਲ ਸੁਣੋ ਬਾਈ, ਚਾਕੂ ਲੈ ਕੇ ਆਇਆ ਬਾਈ? ਚਾਕੂ ਲਿਆਉਂਦਾ, ਫੁੱਲ ਤਿਆਰੀ ਆ। ਤਿਆਰੀਆਂ ਪੂਰੀਆਂ ਕਰ ਲੈ, ਇਹ ਲਾਸਟ ਸਕੀਮ ਹੈ, ਮੇਰੇ ਸਾਲ ਦੀ ਬੇਇੱਜ਼ਤੀ ਹੋ ਜਾਊਗੀ। ਉਹ ਮੇਰੀ ਗੱਲ ਸੁਣ, ਤੂੰ ਕੀ ਹੈ ਤੂੰ ਫੇਰ ਯਾਰ, ਤੈਨੂੰ ਸਮਝ ਨਹੀਂ ਆਉਂਦੀ, ਤੇਰੇ ਪਿੱਛੇ ਮਰ ਜਾਊਂਗਾ ਮੈਂ। ਇਹ ਸਭ ਨੇ ਤੇਰੇ ਡਰਾਮੇ ਨੇਗੇ, ਤੂੰ ਮਰੀਏ ਖੜਿਆਂਗਾ ਮੇਰੇ ਬਿਨਾ ਤਾਂ। ਫੜਾਈ ਚਾਕੂ, ਏ ਲੈ ਬਾਈ, ਵੱਢਦਾ ਵਾ, ਦੱਸ ਮਰ ਜਾ। ਪਲੀਜ਼ ਜੀ ਮਾਨੂ ਜੀ, ਮੇਰਾ ਬਾਈ ਮਰ ਜੂਗਾ ਜੀ, ਪਲੀਜ਼ ਜੀ, ਸੱਚੀ ਕੰਮ ਲਈ ਮਰ ਜੂਗਾ ਮਾਨੂ। ਬਸ ਰਹਿਣ ਦੇ ਪਲੀਜ਼, ਮੈਂ ਤੇਰੇ ਅੱਗੇ ਹੱਥ ਬੰਨਦੀ ਹਾਂ, ਤੂੰ ਕਿਉਂ ਮੇਰੀ ਗੱਲ ਪਾਵਰ ਪੈਣ ਨੂੰ ਫਿਰਦਾ? ਤੂੰ ਚਾਹੁੰਦਾ ਕੀ ਆ ਮੇਰੇ ਤੋਂ? ਮੈਨੂੰ ਘਰੇ ਜਾ ਕੇ ਫੋਨ ਕਰ ਲਈ ਇੱਕ ਵਾਰੀ। ਚੱਕ ਲਾ ਹੁਣ ਇਹਨੂੰ। ਸੱਚੀ ਮਰ ਜਾਂਦਾ ਤੂੰ? ਉਹ ਕੌਣ ਮਰਿਆ ਕਰਦਾ ਯਾਰ, ਤੂੰ ਕਮਲਾ ਹੋਇਆ? ਇਹ ਤਾਂ ਸਭ ਸਕੀਮਾਂ ਹੁੰਦੀਆਂ ਨੇ। ਵੀਰੇ ਦੋ ਪੈਕਟ ਮੈਗੀ ਦੇ ਦੇ ਦਿਓ ਅਤੇ ਦੋ ਪੈਕਟ ਕੁਰਕਰਿਆਂ ਦੇ। ਹਾਂ ਦੱਸ ਕੀ ਦਿੱਕਤ ਆ ਤੇਰੇ, ਤੈਨੂੰ ਅਕਲ ਨਹੀਂ ਹੈਗੀ ਭੋਰਾ ਵੀ? ਨਬਜ਼ ਕੱਟ ਲਈ ਦੱਸ, ਮੇਰੇ ਗਲ ਪੈ ਜਾਂਦਾ ਜੇ ਫੇਰ। ਯਾਰ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੈਂ ਤੇਰੇ ਬਿਨਾਂ ਮਰ ਜੂੰਗਾ।
यार ना मर, तू क्यों नहीं समझता हैगा प्यार एवं नहीं हुंदा हैगा, प्यार च मरना वरना नहीं हुंदा हैगा। यार तू बस, मैं तो यही चाहना कि तू मैं रोज फोन कर लिया कर। अच्छा ठीक है, मैं तेरे प्रॉमिस करती हूँ। मैं कल नू पक्का इंतजार करूंगा, कॉल कर ली। हाँ मैं तेनू डेली फोन करा करूंगी। हाँ मैं तेरा कोई गुस्सा नहीं हैगी, तू बस फिक्र ना करा कर। ठीक है, लव यू। ले बन गई गल, जित गए शर्त आपां दा। यार मेरे नाल तो बाली माड़ी हुई यार, मैं तो अड़ी अड़ी नाल शर्त ला बैठा, हूँ मैं 5,000 का नुकसान करके बैठा। वो मैं शर्त लाई सी 5,000 की, वो मैं हार गया कुड़ी पिछे। भाई मुंडा ही बाला पक्के पैरी निकलिया, हूँ जदों भी मैं कुड़ी नू वेखना ना बाला ही गुस्सा आता, जी करता तड़वा दा। पर फिर मैं भी मन बना लिया भी हूँ तड़वाऊंगा, मैनू भी दी बना गई फिर ये ना तड़वाई। चल मैं फिर करता गाह आ गया। ਸਵਾਦ ਹੀ ਆ ਗਿਆ, ਸ਼ਰਤ ਜਿੱਤ ਗਏ ਤਾਂ ਪਾਰਟੀ ਲਈ ਫਿਰ। ਉਹ ਸਾਲਿਆ ਕਾਰੋਬਾਰੀ ਇਹ ਹੈ, ਹੋਰ ਕੀਤਾ ਵੀ ਗਿਆ ਹੁਣ ਤੱਕ। ਅੱਛਾ ਬਾਈ ਆ ਇੱਕ ਮਿੰਟ ਖੜੀ, ਫੋਨ ਵੱਜੀ ਜਾਂਦਾ। ਉਹ ਨਹੀਂ ਨਹੀਂ ਲੈ, ਇਹ ਤੂੰ ਕਿੰਨਾ ਲੱਗੀ ਹੋਈ ਆ ਫੋਨ ਤੇ। ਇੱਕ ਮਿੰਟ ਦੀਦੀ, ਮੈਂ ਤਾਂ ਨਾ ਜੱਗੀ ਨਾਲ ਲੱਗੀ ਹੋਈ ਸੀ, ਉਹਦੇ ਨਾਲ ਗੱਲ ਕਰ ਰਹੀ ਸੀ। ਇਹ ਜੱਗੀ ਉਹੀ ਮੁੰਡਾ ਨਹੀਂ ਹੈਗਾ ਜਿਹੜਾ ਤੈਨੂੰ ਤੰਗ ਕਰਦਾ ਸੀ? ਹਾਂ ਦੀਦੀ ਉਹੀ ਹੈਗਾ, ਪਰ ਉਹ ਮੈਨੂੰ ਪਿਆਰ ਵੀ ਬਹੁਤ ਕਰਦਾ, ਮੈਨੂੰ ਬਾਅਦ 'ਚ ਪਤਾ ਲੱਗਿਆ। ਦੀਦੀ ਉਦੋਂ ਤਾਂ ਤੂੰ ਕਹਿੰਦੀ ਸੀ ਕਿ ਮੈਨੂੰ ਜਮਾਂ ਪਸੰਦ ਨਹੀਂ ਉਹ। ਫਿਰ ਕੀ ਹੋਇਆ ਦੀਦੀ, ਪਿਆਰ ਤਾਂ ਹੋ ਹੀ ਜਾਂਦਾ ਹੈਗਾ, ਉਹ ਵਧੀਆ ਹੈ। ਇਹ ਤਾਂ ਗੱਲ ਹੈ, ਪਿਆਰ ਤਾਂ ਹੋ ਹੀ ਜਾਂਦਾ, ਪਰ ਮੈਨੂੰ ਇਹ ਲੱਗਦਾ ਤੈਨੂੰ ਇੱਕ ਵਾਰ ਉਹਨੂੰ ਪਰਖ ਲੈਣਾ ਚਾਹੀਦਾ। ਲੈ ਦੀਦੀ ਤੈਨੂੰ ਇੱਕ ਗੱਲ ਦੱਸਦੀ ਹਾਂ, ਉਹ ਮੈਨੂੰ ਇੱਕ ਦਿਨ ਕਹਿੰਦਾ ਕਹਿੰਦੇ ਮੈਂ ਤਾਂ ਤੇਰੇ ਪਿੱਛੇ ਮਰ ਵੀ ਜਾਊਂਗਾ, ਹੁਣ ਇੰਨਾ ਸੀਰੀਅਸ ਹਾਂ। ਯਾਰ ਮੁੰਡੇ ਨਾ ਸਿਰਫ ਗੱਲਾਂ ਮਾਰਦੇ ਹੁੰਦੇ ਆ। ਕੋਈ ਨਹੀਂ ਦੀਦੀ, ਉਹ ਮੈਨੂੰ ਬਹੁਤ ਪਿਆਰ ਕਰਦਾ, ਤੁਸੀਂ ਵੇਖ ਲਿਓ। ਚੱਲ ਤੇਰੀ ਮਰਜ਼ੀ ਹੈ, ਮੇਰੇ ਇੱਕ ਵਾਰ ਨਾ ਸਮਝਾਉਣ ਦਾ ਤੈਨੂੰ ਹੱਕ ਸੀਗਾ, ਬਾਕੀ ਤੇਰੀ ਮਰਜ਼ੀ ਹੈ। ਅੱਛਾ ਠੀਕ ਹੈ ਦੀਦੀ, ਚਲੋ ਠੀਕ ਹੈ। ਹੈਲੋ ਜੱਗੀ, ਮੈਂ ਨਾ ਤੇਰੇ ਇੱਕ ਚਾਂਦੀ ਦਾ ਕੜਾ ਦਵਾਉਣ ਦੀ। ਚਾਂਦੀ ਦਾ ਕੜਾ? ਕੋਈ ਗੱਲ ਨਹੀਂ, ਜਿੱਥੇ ਤੇਰਾ ਦਿਲ ਕਰਦਾ ਲੈ ਆਈ ਹਾਂ। ਹੈ ਬਾਈ ਚਾਂਦੀ ਦਾ ਕੜਾ? ਹੁਣ ਬਸ ਵੀ ਕਰ, ਮੈਂ ਹੁਣੇ ਭਾਂਡੇ ਧੋ ਕੇ ਹਟੀ ਹਾਂ, ਮੈਂ ਨਾ ਉਹ ਕੰਮ ਕਰਾ ਦੇ ਕੋਈ। ਇੱਕ ਮਿੰਟ ਕਰਵਾ ਦੇਣੀ ਆ। ਅੱਛਾ ਮੈਂ ਤੈਨੂੰ ਬਾਅਦ 'ਚ ਫੋਨ ਕਰਦੀ। ਕੋਈ ਗੱਲ ਨਹੀਂ ਬਾਅਦ 'ਚ ਕਰ ਲਈ। ਉਹਦੀ ਭੈਣ ਆ ਗਈ ਵਿੱਚ, ਕਹਿੰਦੀ ਬਾਅਦ 'ਚ ਕਰੂੰਗੀ। ਅੱਛਾ ਬਾਈ ਚਾਂਦੀ ਦਾ ਕਿਹੜਾ ਲਿਆਊਗੀ ਬਾਈ ਤੇਰੇ ਵਾਸਤੇ? ਯਾਰ ਪਤਾ ਨਹੀਂ ਹੀਰ ਨੂੰ ਕੀ ਹੋਇਆ। ਕੀ ਹੋਇਆ ਉਹਨੂੰ? ਮੈਂ ਕੁਝ ਦਿਨਾਂ ਤੋਂ ਨੋਟ ਕਰਦੀ ਪਈ ਹਾਂ, ਕਿਸੇ ਜੱਗੀ ਰਾਮ ਦੇ ਮੁੰਡੇ ਨਾਲ ਨਾ ਗੱਲਾਂ ਕਰਦੀ ਆ ਉਹ, ਉਹਨੂੰ ਕੜਾ ਵੀ ਚਾਂਦੀ ਦਾ ਦੇਣਾ ਹੁਣ ਉਹਨੇ। ਯਾਰ ਮੈਨੂੰ ਹੀਰ ਤੋਂ ਇਹ ਉਮੀਦ ਨਹੀਂ ਸੀ। ਕਿਉਂ, ਕੀ ਗੱਲ, ਮੁੰਡਾ ਚੰਗਾ ਨਹੀਂ? ਉਹ ਕਿਹਨੂੰ ਕੀ ਦੱਸਾਂ ਯਾਰ ਉਹਦੇ ਬਾਰੇ। ਇੱਕ ਦਿਨ ਕਹਿੰਦਾ ਅਸੀਂ ਸਾਰੇ ਯਾਰ ਦੋਸਤ ਬੈਠੇ, ਉਹਨੇ 5,000 ਦੀ ਸ਼ਰਤ ਲਾ ਲਈ ਮੈਂ ਹੀਰ ਨੂੰ ਸੈੱਟ ਕਰਕੇ ਦਿਖਾਊਂਗਾ। ਸੱਚੀ? ਹੋਰ ਯਾਰ ਸੱਚੀ, ਉਹ ਇਹੋ ਜਿਹੇ ਲੋਕਾਂ ਕਰਕੇ ਨਾ ਪਿਆਰ ਮਜ਼ਾਕ ਬਣ ਕੇ ਰਹਿ ਗਿਆ। ਤੂੰ ਹੀਰ ਨੂੰ ਥੋੜ੍ਹਾ ਜਿਹਾ ਸਮਝਾ ਵੀ ਉਹ ਜੱਗੀ ਤੋਂ ਦੂਰ ਰਹਿ ਕਰੇ। ਸੱਚੀ ਯਾਰ? ਹਾਂ ਸ਼ੁਕਰ ਆ ਤੂੰ ਮੈਨੂੰ ਪਹਿਲਾਂ ਹੀ ਦੱਸਤਾ, ਮੈਂ ਨਾ ਹੁਣ ਹੀਰ ਨੂੰ ਜਾ ਕੇ ਸਮਝਾਉਂਗੀ। ਤੂੰ ਸਮਝਾ ਉਹਨੂੰ ਥੋੜ੍ਹਾ ਜਿਹਾ ਜਾ ਕੇ, ਹਜੇ ਇੰਨੀ ਗੱਲ ਵਧੀ ਨਹੀਂ ਹੈਗੀ। ਚੱਲ ਕੋਈ ਨਾ, ਹੁਣ ਮੈਂ ਜਾਂਦੀ ਹਾਂ। ਚੱਲ ਠੀਕ ਆ, ਨਾਲੇ ਗੱਲ ਸੁਣ, ਆਪਦਾ ਖਿਆਲ ਰੱਖਿਆ ਕਰ, ਠੀਕ ਆ? ਤੂੰ ਵੀ। Thank you.
ਹੀਰ ਮੇਰੀ ਗੱਲ ਸੁਣ ਇੱਕ। ਕੋਈ ਨਹੀਂ ਦੀਦੀ, ਝਾੜੂ ਮਾਰ ਲਓ ਤਾਂ ਫਿਰ ਸੁਣਦੀ ਹਾਂ। ਓਫੋ, ਬਹੁਤ ਸੀਰੀਅਸ ਗੱਲ ਆ ਯਾਰ, ਤੂੰ ਮੇਰੇ ਮਾਰਕਸ ਘੱਟ ਆ ਗਏ। ਕਿਵੇਂ ਦੀਆਂ ਗੱਲਾਂ ਕਰੀ ਜਾਂਦੀ ਆ, ਮੇਰੀ ਗੱਲ ਸੁਣ ਤਾਂ ਲੈ, ਆ ਜਾ ਬੈਠ ਕੇ। ਉਹ ਨਾ ਯਾਰ, ਮੈਨੂੰ ਅਫਸੋਸ ਜਿਹਾ ਹੋ ਰਿਹਾ, ਮੈਂ ਤੈਨੂੰ ਕਿਵੇਂ ਦੱਸਾਂ। ਕਿਸ ਗੱਲ ਦਾ ਦੀਦੀ, ਕੀ ਹੋ ਗਿਆ? ਉਹ ਜੱਗੀ। ਹਾਂ ਜੱਗੀ, ਅੱਛਾ ਹਾਂ ਸੱਚ, ਮੈਂ ਉਹਦੇ ਵਾਸਤੇ ਕੜਾ ਔਡਰ ਕੀਤਾ ਸੀ, ਇੰਨਾ ਟਾਈਮ ਲਾਤਾ, ਦੱਸ ਔਨਲਾਈਨ ਔਡਰ ਤੇ ਆਇਆ ਨਹੀਂ। ਤੂੰ ਮੇਰੀ ਗੱਲ ਤਾਂ ਸੁਣ ਲੈ, ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾ ਰਹੀ ਆ। ਕੀ ਦੀਦੀ, ਫਿਰ ਦੱਸੋ ਨਾ, ਮੈਂ ਸੁਣ ਤਾਂ ਰਹੀ ਹਾਂ। ਤੈਨੂੰ ਪਤਾ ਜੱਗੀ ਨੇ ਤੇਰੇ ਪਿਆਰ ਦਾ 5000 ਚ ਮੁੱਲ ਪਾਤਾ। ਕੀ ਤੁਸੀਂ ਕੀ ਕਹਿ ਰਹੇ ਹੋ ਦੀਦੀ? ਉਹਨੇ ਨਾ ਮੁੰਡਿਆਂ ਨਾਲ ਸ਼ਰਤ ਲਾਈ ਸੀ 5000 ਦੀ, ਵੀ ਮੈਂ ਉਹ ਤੋਂ ਹਾਂ ਕਰਵਾਊਂਗਾ, ਅਤੇ ਮੈਨੂੰ ਵੀ ਹੁਣ ਪਤਾ ਲੱਗਿਆ। ਮੈਨੂੰ ਐਂ ਹੋ ਰਿਹਾ ਕਿ ਮੈਂ ਤੈਨੂੰ ਕਿਵੇਂ ਦੱਸਾਂ। ਤੈਨੂੰ ਮੈਂ ਪਹਿਲਾਂ ਹੀ ਸਮਝਾਇਆ ਸੀ ਹੀਰ, ਇਹ ਮੁੰਡੇ ਇੱਦਾਂ ਦੇ ਹੁੰਦੇ ਨੇ, ਇਹਨਾਂ ਨੂੰ ਬਸ ਮਤਲਬ ਹੁੰਦਾ ਆ। ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਦੀਦੀ, ਤੁਸੀਂ ਕੀ ਕਹਿ ਰਹੇ ਹੋ ਇਹ? ਜਦ ਮੈਂ ਸੁਣਿਆ ਮੈਂ ਵੀ ਸ਼ੌਕਡ ਹੋ ਗਈ ਸੀ। ਤੁਹਾਨੂੰ ਪੱਕਾ ਕੋਈ ਗਲਤ ਫਹਿਮੀ ਹੋਈ ਹੋਊਗੀ। ਹੀਰ, ਤੂੰ ਮੇਰੀ ਭੈਣ ਹੈ, ਮੈਂ ਤੈਨੂੰ ਇੱਦਾਂ ਹੀ ਥੋੜ੍ਹੀ ਆ ਕੇ ਦੱਸ ਦੂੰਗੀ, ਕਨਫਰਮ ਕੀਤਾ ਆ, ਤਾਂ ਹੀ ਦੱਸ ਰਹੀ ਹਾਂ। ਮੇਰੇ ਨਾਲ ਐਵੇਂ ਨਹੀਂ ਕਿਵੇਂ ਕਰ ਸਕਦਾ। ਮੇਰੀ ਗੱਲ ਸੁਣ ਲੈ ਭੈਣੇ, ਤੂੰ ਅੱਜ ਤੋਂ ਬਾਅਦ ਨਾ ਜੱਗੀ ਨੂੰ ਬਿਲਕੁਲ ਨਹੀਂ ਮਿਲਣਾ ਹੈਗਾ। ਮੈਂ ਸੌਂ ਤਾਂ ਨਹੀਂ ਖਾਂਦੀ ਦੀਦੀ, ਪਰ ਮੈਂ ਉਹਨੂੰ ਇੱਕ ਵਾਰ ਜ਼ਰੂਰ ਮਿਲ ਕੇ ਆਊਂ। ਤੂੰ ਹਜੇ ਵੀ ਮਿਲੇਂਗੀ ਉਹਨੂੰ? ਉਹਨੂੰ ਤਾਂ ਮੈਂ ਬੰਦਾ ਵੀ ਨਾ ਹੁੰਦੀ ਦੀ। ਤੂੰ ਤਾਂ ਦੂਰ ਹੀ ਰਹਿ, ਛੱਡ ਪਰੇ, ਜੋ ਹੋ ਗਿਆ ਹੋ ਗਿਆ। ਬਸ ਮੈਂ ਇਹੀ ਕਹੂੰਗੀ ਕਿ ਹੁਣ ਤੂੰ ਉਹਨੂੰ ਮਿਲੀ ਨਾ ਨਾ ਕਾਲ ਕਰੀ, ਬਲੌਕ ਕਰ ਦੇ ਉਹਨੂੰ। ਚੰਗਾ ਦੀਦੀ, ਮੈਨੂੰ ਕੰਮ ਯਾਦ ਆ ਗਿਆ। ਬਾਈ ਸਿਖਰ, ਦੁਪਹਿਰ ਦਾ ਟਾਈਮ ਸੀ, ਮੈਂ ਸੌਣ ਲੱਗਾ ਸੀ, ਤੂੰ ਮੈਨੂੰ ਇੱਧਰ ਲਿਆ ਆ। ਓਏ ਮੇਰੇ ਸਾਲੇ ਦਿਆ, ਜਦੋਂ ਕੁੜੀ ਨੂੰ ਮਿਲਣਾ ਹੁੰਦਾ ਨਾ ਤਾਂ ਸਿਖਰ ਦੁਪਹਿਰ ਹੀ ਆਇਆ ਕਰਦੇ ਨੇ ਜਾਂ ਰਾਤ ਨੂੰ। ਇਹ ਵੀ ਠੀਕ ਆ, ਆਉਂਦੀ ਹੋਊਗੀ, ਚਾਂਦੀ ਦਾ ਕੜਾ ਦਊਗੀ ਨਾਲ 5-6 ਹਜ਼ਾਰ ਰੁਪਿਆ। ਚਾਂਦੀ ਦੇ ਕੜੇ ਤੇ ਤੇਰਾ ਨਾਮ ਲਿਖਿਆ, ਹਾਏ ਸੁਨਖਿਆ ਯਾਰ ਆ ਗਏ। ਸਮਝਦਾ ਕੀ ਹੈ ਆਪਣੇ ਆਪ ਨੂੰ? ਕੀ ਹੋ ਗਿਆ? ਅੱਛਾ ਕੁਝ ਹੋਇਆ ਹੀ ਨਹੀਂ ਹੈਗਾ। ਕੀ ਗੱਲ ਹੋ ਗਈ? ਜ਼ਿਆਦਾ ਨਾ ਡਰਾਮੇ ਕਰਨ ਦੀ ਲੋੜ ਨਹੀਂ ਹੈਗੀ, ਮੈਨੂੰ ਸਭ ਪਤਾ ਲੱਗ ਗਿਆ, ਠੀਕ ਆ ਨਾ? ਕੀ ਤੂੰ ਬਸ ਮੇਰੇ ਪਿਆਰ ਦਾ 5000 ਰੁਪਏ ਮੁੱਲ ਲਾਇਆ? ਉਹ ਕਿਵੇਂ ਦੀ ਗੱਲਾਂ ਕਰੀ ਜਾਂਦੀ ਆ ਪਾਗਲ ਤੂੰ? ਅੱਛਾ ਮੈਂ ਹੁਣ ਕਿਵੇਂ ਦੀ ਗੱਲਾਂ ਕਰ ਰਹੀ ਆ? ਮੇਰੀ ਗੱਲ ਸੁਣ ਤੂੰ। ਮੈਂ ਤੇਰੀ ਕੋਈ ਗੱਲ ਨਹੀਂ ਸੁਣੀ, ਆ ਚੱਕ ਤੇਰੇ 10000 ਤੇ ਅੱਗੇ ਤੇ ਕਦੇ ਨਾ ਕਿਸੇ ਦੇ ਪਿਆਰ ਨਾ ਤੋਲੀ, ਠੀਕ ਆ? ਇੱਕ ਗੱਲ ਹੋਰ, ਮੈਨੂੰ ਤਾਂ ਸਾਰੀ ਉਮਰ ਪਛਤਾਵਾ ਹੋਊਗਾ ਕਿ ਮੈਂ ਤੇਰੇ ਵਰਗੇ ਇਨਸਾਨ ਨੂੰ ਪਿਆਰ ਕੀਤਾ, ਤੂੰ ਤਾਂ ਰੁਪਈਏ ਦੀ ਵੀ ਔਕਾਤ ਨਹੀਂ ਤੇਰੀ। ਉਹ ਮੇਰੀ ਗੱਲ ਤਾਂ ਸੁਣ, ਜ਼ਿਆਦਾ ਬਣਨ ਦੀ ਲੋੜ ਹੀ ਨਹੀਂ ਹੈਗੀ ਮੇਰੀ ਗੱਲ ਸੁਣ। ਜੀ ਤਾਂ ਕਰਦੇ ਤੇ ਥੱਪੜ ਮਾਰਾਂ, ਔਰ ਤੂੰ ਤਾਂ ਨਾ ਮੇਰੇ ਥੱਪੜ ਦੇ ਲਾਇਕ ਵੀ ਨਹੀਂ ਹੈਗਾ। ਹਾਂਜੀ, ਤੁਹਾਨੂੰ ਆਪਣਾ ਪਹਿਲਾ ਐਪੀਸੋਡ ਕਿਵੇਂ ਲੱਗਿਆ? ਅਤੇ ਇਹਦਾ ਨੈਕਸਟ ਐਪੀਸੋਡ ਆਪਾਂ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਪਾ ਦਿਆਂਗੇ, 5 ਦਿਨਾਂ ਬਾਅਦ ਹੀ। ਅਤੇ ਹਰ ਸ਼ੁੱਕਰਵਾਰ ਅਤੇ ਸੋਮਵਾਰ ਆਪਣੀ ਵੀਡੀਓ ਆਉਂਦੇ, ਤੁਸੀਂ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ। ਅਤੇ ਤੁਸੀਂ ਇਸ ਐਪੀਸੋਡ ਦੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗਿਆ, ਆਪਣਾ ਰਿਵਿਊ ਜ਼ਰੂਰ ਦਿਓ। ਅਤੇ ਆਪਣੀ ਲਵ ਸਟੋਰੀ, ਹਰ ਤਰ੍ਹਾਂ ਦਾ ਕੰਟੈਂਟ, ਕ੍ਰਾਈਮ ਅਤੇ ਫਨੀ ਆਪਣਾ ਅਪਲੋਡ ਹੁੰਦਾ ਰਹੂਗਾ। ਅਤੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਮੈਂਟ ਜ਼ਰੂਰ ਕਰਿਓ, ਅਤੇ ਜਿਨ੍ਹਾਂ ਦੇ ਵਧੀਆ ਕਮੈਂਟ ਹੋਏ ਅਸੀਂ ਨਾਮ ਵੀ ਬੋਲ ਦਾਂਗੇ। ਬਾਕੀ ਥੈਂਕ ਯੂ, ਅਤੇ ਆਪਾਂ ਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਕਰ ਲਿਓ ਫੋਲੋ।